ਸਤਿ ਸ਼੍ਰੀ ਅਕਾਲ। ਸਭ ਤੋਂ ਜ਼ਿਆਦਾ ਦੁੱਖ ਉਹਨੂੰ ਲੱਗਦਾ ਹੈ ਜਿਹਨੇ ਰੇਸ ਦੇ ਵਿੱਚ ਜਿੱਤਣ ਵਾਲੇ ਤੋਂ ਵੀ ਵੱਧ ਤਿਆਰੀ ਕਰਕੇ ਤਾਂ ਵੀ ਰੇਸ ਦੇ ਵਿੱਚ ਹਾਰ ਦਾ ਸਾਹਮਣਾ ਕੀਤਾ। ਸਟੋਰੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਦਾ ਕੋਈ ਭੈਣ ਭਰਾ, ਜਿਨ੍ਹਾਂ ਦੀ ਵਾਈਫ, ਜਿਨ੍ਹਾਂ ਦਾ ਹਸਬੈਂਡ, ਜਿਨ੍ਹਾਂ ਦੇ ਬੱਚੇ ਇਸ ਮੁਲਕ ਦੇ ਵਿੱਚ ਰਹਿੰਦੇ ਪਏ ਨੇ, ਬਟ ਉਹਨਾਂ ਨੇ ਆਪਣੇ ਨਾਲ ਦੇ ਲੱਗਦੇ ਬਲੱਡ ਰਿਲੇਸ਼ਨ ਦੇ ਬੰਦਿਆਂ ਦਾ ਜਾਂ ਸੈਕਿੰਡ ਬਲੱਡ ਜਾਂ ਥਰਡ ਬਲੱਡ ਦੇ ਬੰਦਿਆਂ ਨੂੰ ਸਪਾਂਸਰ ਕੀਤਾ ਸੀ ਇੰਡੀਆ ਤੋਂ, ਤੇ ਉਹ ਬੰਦੇ ਰਿਫਿਊਜ਼ ਹੋ ਗਏ। ਜਦਕਿ ਇਦਾਂ ਦੇ ਬੰਦੇ ਹੀ ਆਪਣੇ ਆਲੇ ਦੁਆਲੇ ਦੇਖਦੇ ਨੇ ਤੇ ਕਈ ਲੋਕਾਂ ਨੂੰ ਹੋਟਲ ਬੁਕਿੰਗ ਤੇ ਵੀ ਵੀਜ਼ਾ ਮਿਲ ਜਾਂਦਾ ਹੈ। ਅੱਜ ਦੀ ਇਹ ਵੀਡੀਓ ਉਹਨਾਂ ਸਾਰਿਆਂ ਵਾਸਤੇ ਹੈ। ਜੇਕਰ ਤੁਹਾਨੂੰ ਇਧਰੋਂ ਕੋਈ ਸਪਾਂਸਰ ਕਰਨ ਵਾਲਾ ਹੈ ਜਿਹੜਾ ਬੰਦਾ PR ਹੈ ਜਾਂ ਜਿਹੜਾ ਬੰਦਾ ਸਿਟੀਜ਼ਨ ਹੈ, ਜਿਹੜੇ ਬੰਦੇ ਉੱਤੇ ਕੋਈ ਕ੍ਰਿਮੀਨਲ ਅਫੈਂਸ ਨਹੀਂ ਹੈਗਾ ਕੈਨੇਡਾ ਦੇ ਵਿੱਚ, ਜਿਹੜੇ ਬੰਦੇ ਕੋਲ ਪ੍ਰੋਪਰ ਡੈਬਿਟ ਕ੍ਰੈਡਿਟ ਹਿਸਟਰੀ ਹੈ ਸਾਲ ਦੀ, ਜਿਹੜੇ ਬੰਦੇ ਕੋਲ ਨੋਟਿਸ ਆਫ ਅਸੈਸਮੈਂਟ ਹੈਗਾ ਟੈਕਸ ਤਾਰਦਾ ਹੈ, ਜਿਹੜਾ ਬੰਦਾ ਇੱਕ ਚੰਗੀ ਜੌਬ 'ਚ ਜਿਹਦੇ ਵਿੱਚ 40-50 ਹਜ਼ਾਰ ਦਾ ਕਮ ਸੇ ਕਮ ਸਾਲ ਦਾ ਪੈਕੇਜ ਹੋਏ, $40-50 ਦਾ, ਇੱਦਾਂ ਦਾ ਬੰਦਾ ਤੁਹਾਨੂੰ ਅੱਜ ਦੀ ਡੇਟ 'ਚ ਸਪੋਂਸਰ ਕਰਦਾ ਹੈ ਤਾਂ ਕੈਨੇਡਾ ਦੇ ਵਿੱਚ ਵੀਜ਼ਾ ਲੱਗਣ ਦੇ ਚਾਂਸ 100 ਤੋਂ ਉੱਤੇ ਜੇ ਕੁਝ ਹੈ ਤਾਂ ਉਹ ਹੈ। ਅਗਰ ਤੁਸੀਂ ਵੀ ਸਪੋਂਸਰ ਦੇ ਉੱਤੇ ਰਿਜੈਕਟ ਹੋਏ ਹੋ ਤਾਂ ਦਿਸ ਇਜ਼ ਦਾ ਰਾਈਟ ਟਾਈਮ ਟੂ ਅਪਲਾਈ। ਕੈਨੇਡਾ ਦੀ ਪੁਰਾਣੀਆਂ ਚੀਜ਼ਾਂ ਨੂੰ ਭੁੱਲ ਜਾਓ। ਪਿਛਲੇ 2 ਮਹੀਨੇ ਤੋਂ ਜੋ ਵੱਡੀਆਂ ਖਬਰਾਂ ਆਉਂਦੀਆਂ ਪਈਆਂ ਨੇ ਜਾਂ ਜੋ ਇਮੀਗ੍ਰੇਸ਼ਨ ਸਿਨੈਰੀਓ ਦੇ ਉੱਤੇ ਇਮੀਗ੍ਰੇਸ਼ਨ ਕੰਮ ਕਰ ਰਿਹਾ ਹੈ, ਜਿਹੜਾ ਬੰਦਾ ਵੀ ਹੁਣ ਦੇ ਡੇਟ ਦੇ ਵਿੱਚ ਵੀਜ਼ਾ ਪਾਏਗਾ 19 ਤੋਂ 20 ਵਰਕਿੰਗ ਡੇਜ਼ ਦੇ ਵਿੱਚ ਕੈਨੇਡਾ ਐਮਬੈਸੀ ਵੀਜ਼ਾ ਦਿੰਦੀ ਪਈ ਹੈ। ਇਹ ਗੱਲਾਂ ਮੈਂ ਨਹੀਂ ਕਹਿੰਦਾ, ਇਹ ਗੱਲਾਂ ਆਂਕੜੇ ਕਹਿੰਦੇ ਨੇ। ਜਿਹੜੇ ਵੀ ਲੋਕ ਜਿਹੜੀ ਵੀ ਕੰਟਰੀ ਵਾਸਤੇ ਤੁਸੀਂ ਇੰਟਰਸਟਿਡ ਹੋ, ਉਸ ਕੈਨੇਡਾ ਉਸ ਸਰਕਾਰ ਦੀ ਵੈਬਸਾਈਟ ਆਫੀਸ਼ੀਅਲ ਨੂੰ ਫੋਲੋ ਕਰਦੇ ਰਿਹਾ ਕਰੋ। ਜਿੱਦਾਂ ਕਿ ਕੈਨੇਡਾ ਦੀ ਹੈਗੀ cic.gc.ca, ਉਹਨੂੰ ਆਫੀਸ਼ੀਅਲੀ ਤੁਸੀਂ ਹਰ ਵੇਲੇ ਆਪਣੇ ਨਾਲ ਰੱਖੋ, ਆਪਣੇ ਫੋਨ ਦੇ ਵਿੱਚ ਰੱਖੋ। ਉਹਦੇ ਵਿੱਚ ਨਿਊਜ਼ਲੈਟਰ ਵੀਕਲੀ ਮੰਥਲੀ ਆਉਂਦੀ ਹੈ, ਉਹਨੂੰ ਪੜ੍ਹੋ। ਤੁਹਾਨੂੰ ਉਹਦੇ ਤੋਂ ਵੱਧ ਕਿਸੇ ਵੀ ਚੀਜ਼ ਨੇ ਐਜੂਕੇਟ ਨਹੀਂ ਕਰਨਾ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ। ਸੋ ਜਿਹੜਾ ਵੀ ਬੰਦਾ ਜਿਹਦੀ ਵੀ ਭੈਣ ਇੱਧਰ ਹੈ ਜਾਂ ਭਰਾ ਇੱਧਰ ਹੈ, ਆਪਣੇ ਉੱਧਰੋਂ ਕਿਸੇ ਸਕੇ ਸੰਬੰਧੀ ਨੂੰ ਬੁਲਾਉਣਾ ਚਾਹੁੰਦਾ ਹੈ ਜਾਂ ਕੋਈ ਮਦਰ ਫਾਦਰ ਇੱਧਰ ਨੇ ਜਾਂ ਕੋਈ ਮਦਰ ਫਾਦਰ ਇੰਡੀਆ ਤੋਂ ਬੁਲਾਉਣਾ ਚਾਹੁੰਦਾ ਹੈ, ਤਾਂ ਇਹ ਸਭ ਤੋਂ ਰਾਈਟ ਟਾਈਮ ਹੈਗਾ। ਪੁਰਾਣੀਆਂ 1 ਰਿਫਿਊਜ਼ਲ ਹੈ, 10 ਰਿਫਿਊਜ਼ਲ ਹੈ, ਸੇਮ ਰੀਜ਼ਨ ਤੋਂ ਰਿਫਿਊਜ਼ਲ ਰਹਿੰਦੀ ਹੈ 179। ਅਗਰ ਤੁਹਾਡਾ ਕੋਈ ਬੈਨ ਲੱਗਾ ਫਿਰ ਕੋਈ ਹੱਲ ਹੁੰਦਾ ਨਹੀਂ, ਮੈਂ ਹਰ ਵੀਡੀਓ 'ਚ ਕਹਿੰਦਾ। ਜੇ ਤੁਹਾਡੇ ਕੋਲ ਸਪਾਂਸਰ ਹੈਗੀ ਹੈ ਤਾਂ ਅੱਖਾਂ ਬੰਦ ਕਰਕੇ ਵੀਜ਼ਾ ਪਾਓ, ਬਟ ਬਸ਼ਰਤੇ ਮੈਂ ਹਰ ਬੰਦੇ ਨੂੰ ਸੇਮ ਗੱਲ ਹਰ ਵੀਡੀਓ ਦੇ ਵਿੱਚ ਕਹਿੰਦਾ ਕਿ ਫਾਈਲਿੰਗ ਇਜ਼ ਐਵਰੀਥਿੰਗ। ਜੇ ਤੁਹਾਡੀ ਫਾਈਲ 'ਚ ਕੋਈ ਮਿਸਟੇਕ ਹੈ ਤਾਂ ਤੁਹਾਡਾ ਕੋਈ ਵੀ ਹੱਲ ਨਹੀਂ ਨਿਕਲ ਸਕਦਾ। ਸੋ ਕੋਸ਼ਿਸ਼ ਕਰਨੀ ਹੈ ਇੱਦਾਂ ਦੇ ਐਕਸਪੀਰੀਅੰਸ ਬੰਦੇ ਕੋਲੋਂ ਆਪਣੀ ਫਾਈਲ ਲਗਵਾਉਣੀ ਹੈ ਜਿਹਨੂੰ ਵੀਜ਼ੇ ਲਗਵਾਉਣ ਦਾ ਐਕਸਪੀਰੀਅੰਸ ਹੋਏ, ਜਿਹਨੂੰ ਰਿਫਿਊਜ਼ਲਾਂ ਫੇਸ ਕਰਨ ਦਾ ਐਕਸਪੀਰੀਅੰਸ ਹੋਏ, ਕਿਉਂਕਿ ਲਾਈਫ ਦੇ ਵਿੱਚ ਨੈਗੇਟਿਵ ਫੇਸ ਜਿਹੜੇ ਹੁੰਦੇ ਨੇ ਉਹ ਜ਼ਿਆਦਾ ਚੀਜ਼ਾਂ ਸਿਖਾਉਂਦੇ ਨੇ। ਸੋ ਆਪਣਾ ਵੀਜ਼ਾ ਜਿੰਨੀ ਜਲਦੀ ਹੋ ਸਕੇ ਅਪਲਾਈ ਕਰੋ। ਮੇਰੇ ਉੱਪਰ ਦਿੱਤੇ ਹੋਏ ਨੰਬਰਾਂ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਨਾਲ ਮੈਂ ਤੁਹਾਨੂੰ ਕੈਨੇਡਾ ਵਾਲਾ ਨੰਬਰ ਵੀ ਦੇ ਰਿਹਾ। ਜੇ ਤੁਹਾਡੇ ਕਿਸੇ ਸਕੇ ਸੰਬੰਧੀ ਨੇ ਇੱਧਰੋਂ ਮੇਰੇ ਨਾਲ ਗੱਲ ਕਰਨੀ ਹੈ ਤਾਂ ਉੱਪਰ ਦਿੱਤੇ ਹੋਏ ਮੇਰੇ ਕੈਨੇਡਾ ਵਾਲੇ ਨੰਬਰ 'ਤੇ ਵੀ ਸੰਪਰਕ ਕਰ ਸਕਦੇ ਨੇ।